ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਮੀਤ ਅਕੈਡਮੀ ਦੇ ਉੱਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਫਾਈਨਲੀ ਸਟਾਫ ਚੋਣ ਕਮਿਸ਼ਨ ਵੱਲੋਂ ਅਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਕਿਵੇਂ ਅਪਲਾਈ ਕਰਨਾ ਹੈ ਤੁਸੀਂ ਕਿਹੜੀ ਕਿਹੜੀ ਪੋਸਟਾਂ ਜਿਨ੍ਹਾਂ ਨੂੰ ਆਊਟ ਕੀਤਾ ਗਿਆ ਹੈ ਔਰ ਸਿਲੇਬਸ ਇਹਦੇ ਵਿੱਚ ਕੀ ਰਹਿਣ ਵਾਲਾ ਹੈ ਸਿਲੈਕਸ਼ਨ ਤੁਹਾਡੀ ਇਹਦੇ ਵਿੱਚ ਕਿਵੇਂ ਹੋਵੇਗੀ ਸਾਰਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੀ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਇਸੀ ਤਰ੍ਹਾਂ ਤੁਸੀਂ ਚਾਹਦੇ ਹੋ ਪੰਜਾਬ ਸਟੇਟ ਦੀ ਹਰ ਇੱਕ ਭਰਤੀ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਵੇ ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਇਹਨਾਂ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਟਾਈਮ 'ਤੇ ਮਿਲਦਾ ਰਹੂਗਾ ਯਦਵੀ ਮੈਂ ਤੁਹਾਡੇ ਵਾਸਤੇ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ ਦੱਸਣਾ ਚਾਹਾਂਗੀ ਇਸ ਰਿਕਰੂਟਮੈਂਟ ਤੋਂ ਇਲਾਵਾ ਪੰਜਾਬ ਦੇ ਵਿੱਚ ਕਾਫੀ ਸਾਰੇ ਨਵੇਂ-ਨਵੇਂ ਵਿਭਾਗਾ ਦੀਆਂ ਭਰਤੀਆਂ ਆ ਚੁੱਕੀਆਂ ਹਨ ਲੋਕਲ ਗਵਰਨਮੈਂਟ ਦੀਆਂ ਜਿਹੜੀ ਕਿ ਮੈਂ ਹੁਣੇ-ਹੁਣੇ ਆਪਣੀ ਅਫੀਸ਼ੀਅਲ ਸਾਈਟ 'ਤੇ ਅਪਡੇਟ ਕਰਕੇ ਆ ਚੁੱਕੀਆਂ ਹਨ www.clori. ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਮਿਲ ਜਾਊਗਾ ਔਰ ਤੁਸੀਂ ਵੈਬਸਾਈਟ ਵੀ ਦੇਖ ਸਕਦੇ ਆ ਸਕਰੀਨ ਤੇ ਤੁਸੀਂ ਚਾਹੋ ਤੁਸੀਂ ਇਹਨੂੰ ਸਿੱਧਾ Google ਤੇ ਟਾਈਪ ਕਰ ਸਕਦੇ ਆ ਫਰਸਟ ਨੰਬਰ ਤੇ ਤੁਹਾਨੂੰ ਸਾਡੀ ਆਫੀਸ਼ੀਅਲ ਸਾਈਟ ਮਿਲ ਜਾਊਗੀ ਹੁਣ ਆਪਾਂ ਗੱਲ ਕਰਦੇ ਆ ਸਟਾਫ ਚੋਰਨ ਕਮਿਸ਼ਨ ਦੀ ਆਈ ਹੋਈ ਭਰਤੀ ਬਾਰੇ ਕਿਵੇਂ ਅਪਲਾਈ ਕਰਨਾ ਹੈ ਕੀ ਆਕੇ एलिजिਬਿਲਟੀ ਕਰੀਰੀਆ ਰਹਿਣ ਵਾਲਾ ਹੈ ਕਦ ਤੋਂ ਕਦ ਤੱਕ ਇਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਆ ਕਿਸੇ ਵੀ ਜੌਬ ਦੀ ਤੁਸੀਂ ਤਿਆਰੀ ਕਰਦੇ ਪਿਓ ਬੈਸਟ ਸਟੱਡੀ ਮਟੀਰੀਅਲ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਡਾਊਨਲੋਡ ਕਰ ਸਕਦੇ ਆ ਜਿਹੜਾ ਕਿ PDF ਫਾਰਮੈਟ ਦੇ ਵਿੱਚ ਹੈ ਉਨੂੰ ਤੁਸੀਂ ਡਾਊਨਲੋਡ ਜ਼ਰੂਰ ਕਰਿਓ ਅਗਰ ਤੁਹਾਨੂੰ ਰਿਕੁਆਇਰਮੈਂਟ ਹੈ ਕਿਉਂਕਿ ਉਹ ਬਹੁਤ ਹੀ ਵਧੀਆ ਸਟੱਡੀ ਮਟੀਰੀਅਲ ਆ ਬਹੁਤ ਸਾਰੇ ਕੁਐਸਚਨਸ ਉਹਦੇ ਵਿੱਚੋਂ ਆ ਰਹੇ ਨੇ ਕਾਫੀ ਸਾਰੇ ਕੈਂਡੀਡੇਟ ਦੇ ਸਾਨੂੰ ਫੀਡਬੈਕ ਵੀ ਆ ਰਿਹਾ ਕਮੈਂਟਸ ਦੇ ਜ਼ਰੀਏ ਵੀ ਔਰ ਵਟਸਐਪ ਦੇ ਜ਼ਰੀਏ ਵੀ ਤੇ ਜੇ ਤੁਹਾਨੂੰ ਨੀਡ ਹੈ ਤੁਸੀਂ ਉਹ ਵੋਕਸ ਨੂੰ ਜ਼ਰੂਰ ਡਾਊਨਲੋਡ ਕਰ ਲਿਓ ਜਿਨ੍ਹਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕਰ ਦਿੱਤੇ ਗਿਆ ਪੀਡੀਐਫ ਫਾਰਮੈਟ ਦੇ ਵਿੱਚ ਆ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਆ ਹੁਣ ਆਪਾਂ ਗੱਲ ਕਰਦੇ ਆ ਵੈਕੈਂਸੀ ਦੀ ਜਿਹੜੀਆਂ ਸਟਾਫ ਚੋਨ ਕਮਿਸ਼ਨ ਦੇ ਵੱਲੋਂ ਆਊਟ ਕੀਤੇ ਗਿਆ ਉਹਦੇ ਕਦ ਇਹ ਜਿਹੜੀਆਂ ਵੈਕੈਂਸੀਸ ਆਊਟ ਕੀਤੀਆਂ ਗਿਆ ਐਸਐਸਸੀ ਦੀਆਂ ਸਟਾਫ ਚੋਨ ਕਮਿਸ਼ਨ ਦੀਆਂ ਬਹੁਤ ਹੀ ਚੈਲਿੰਜਿੰਗ ਵੈਕੈਂਸੀਸ ਇਹ ਹੁੰਦੀਆਂ ਆ ਚੈਲਿੰਜਿੰਗ ਜੌਬ ਹੁੰਦੀ ਹੈ ਇਹਦੇ ਵਿੱਚ ਸੈਂਟਰਲ ਗਵਰਨਮੈਂਟ ਦੇ ਵੱਡੇ-ਵੱਡੇ ਡਿਪਾਰਟਮੈਂਟ ਦੇ ਵਿੱਚ ਵੱਡੇ-ਵੱਡੇ ਪੋਸਟਾਂ ਦੇ ਵਿੱਚ ਹਾਇਰਿੰਗ ਹੁੰਦੀ ਆ ਕਿੱਦਾਂ ਤੁਸੀਂ ਇਹ ਵੈਕੈਂਸੀਸ ਨੂੰ ਲੈ ਸਕਦੇ ਆ ਔਰ ਕਦ ਤੋਂ ਕਦ ਤੱਕ ਅਪਲਾਈ ਕਰਨਾ ਲਿੰਕ ਅਜੇ ਤੋਂ ਐਕਟਿਵੇਟ ਹੋ ਗਿਆ ਆ ਔਰ ਸਟਾਫ ਚੋਨ ਕਮਿਸ਼ਨ ਦੀ ਇਹ ਭਰਤੀਆਂ ਆਨਲਾਈਨ ਤੁਸੀਂ ਇਹਦੇ ਵਾਸਤੇ ਅਪਲਾਈ ਕਰਨਾ ਕੋਈ ਵੀ ਅਦਰ ਮੋਡ ਜਿਹੜਾ ਅਪਲਾਈ ਕਰਨ ਲਈ ਇਹਦੇ ਵਿੱਚ ਨਹੀਂ ਹੈਗਾ ਸਭ ਤੋਂ ਪਹਿਲੀ ਜਿਹੜੀ ਪੋਸਟ ਆਊਟ ਕੀਤੀ ਟੈਕਸ ਅਸਿਸਟੈਂਟ ਸਬ ਇੰਸਪੈਕਟਰ ਯੂ ਡੀ ਸੀ ਅਪਰ ਡਿਵੀਜ਼ਨ ਕਲਰਕ ਸੀਨੀਅਰ ਸੈਕਟਰੀ ਆਡੀਟਰ ਅਕਾਊਂਟੈਂਟ ਔਰ ਇਹਦੇ ਵਿੱਚ ਸੈਲਰੀ ਬਹੁਤ ਵਧੀਆ ਹਰ ਤਰ੍ਹਾਂ ਦੀ ਪੋਸਟ ਆਊਟ ਹੁੰਦੀਆਂ ਆ 44900 ਤੋਂ ਲੈ ਕੇ 142400 ਤੁਹਾਡੇ ਪਰ ਮਨਥ ਸੈਲਰੀ ਦੇ ਵਿੱਚ ਰਹਿੰਦੀ ਆ ਜਿਹਦੇ ਵਿੱਚ ਬੇਸਿਕ ਪੇ ਜਿਹੜੀ ਹੁੰਦੀ ਆ ਉਹ 44900 ਪਲੱਸ ਗ੍ਰੇਡ ਪੇ ਜਿਹੜਾ ਹੁੰਦਾ ਉਹ 4400 ਰੁਪਏ ਹੁੰਦਾ ਅਲੱਗ-ਅਲੱਗ ਪੋਸਟ ਵਾਈਜ਼ ਹੁੰਦਾ ਵੈਸੇ ਇਹਦੇ ਵਿੱਚ ਜਿਹੜਾ ਗ੍ਰੇਡ ਪੇ ਹੁੰਦਾ ਆ ਹੁਣ ਇਹਦੇ ਵਿੱਚ ਨੈਕਸਟ ਵੀ ਪੋਸਟ ਹੈ ਸੀਨੀਅਰ ਸੈਕਟਰੀ ਆਡੀਟਰ ਅਕਾਊਂਟੈਂਟ ਅਸਿਸਟੈਂਟ ਐਂਫੋਰਸਮੈਂਟ ਆਫੀਸਰ ਇਨਸਪੈਕਟਰ ਸੈਂਟਰਲ ਐਕਸਾਈਜ਼ ਨੈਕਸਟ ਇਨਸਪੈਕਟਰ ਪ੍ਰੀਵੈਂਟਿਵ ਆਫੀਸਰ ਇਨਸਪੈਕਟਰ ਔਰ ਉਸ ਤੋਂ ਬਾਅਦ ਹੈਗਾ ਇਨਕਮ ਟੈਕਸ ਇਨਸਪੈਕਟਰ ਅਸਿਸਟੈਂਟ ਆਡਿਟ ਆਫੀਸਰ ਅਸਿਸਟੈਂਟ ਸੈਕਸ਼ਨ ਆਫੀਸਰ ਸੁਪਰਡੈਂਟ ਐਂਡ ਆਫੀਸਰ ਦੀ ਇਹ ਜਿਹੜੀਆਂ ਵੈਕੈਂਸੀਜ਼ ਹੁੰਦੀਆਂ ਆ ਤੇ ਤੁਸੀਂ ਇਹਨਾਂ ਵਾਸਤੇ ਜਿਹੜਾ ਅਪਲਾਈ ਕਰ ਸਕਦੇ ਆ ਨੰਬਰ ਉਹ ਵੈਕੈਂਸੀਜ਼ ਜਿਹੜੀਆਂ ਓਵਰঅল ਲਿਖਿਆ ਨਹੀਂ ਆ ਲੇਕਿਨ ਜਿਹੜੀਆਂ ਵੈਕੈਂਸੀਜ਼ ਬੰਦੀਆਂ ਪਈਆਂ ਅਗਰ ਤੁਸੀਂ ਟੋਟਲ ਕਰੋ 9000 ਪਲੱਸ ਹੈ ਇਹ ਵੈਕੈਂਸੀਜ਼ ਨੂੰ ਆਊਟ ਕਰ ਦਿੱਤਾ ਗਿਆ ਇਹਦੇ ਵਿੱਚ ਸਭ ਤੋਂ ਵਧੀਆ ਗੱਲ ਇਹ ਹੁੰਦੀ ਆ ਕਿ ਇਹਦੇ ਵਿੱਚ ਜਿਹੜੀ ਜਰਨਲ ਐਂਡ OBC ਦੇ ਜਿਹੜੇ ਕ ਜੇਕਰ ਜਨਰਲ اور OBC ਆਣਾ ਜਨਰਲ اور OBC ਦੀ ₹100 ਐਪਲੀਕੇਸ਼ਨ ਫੀ ਹੋਦੀ ਹੈ ਸਿਰਫ ਮੇਲ ਕੈਂਡੀਡੇਟ ਦੇ ਲਈ ਫੀਮੇਲ ਕੈਂਡੀਡੇਟ ਕਿਸੇ ਵੀ ਕੈਟਾਗਰੀ ਦੇ ਕੋਈ ਫੀ ਨਹੀਂ ਹੁੰਦੀ ਤੇ SC ST ਦੇ ਕੈਂਡੀਡੇਟ ਲਈ ਆਰਰ ਫਿਜ਼ਿਕਲੀ ਹੈਂਡੀਕੈਪਡ ਕੈਂਡੀਡੇਟ ਜਿਹੜੇ ਉਹਨਾਂ ਦੇ ਲਈ ਵੀ ਜਿਹੜੀ ਕੋਈ ਵੀ ਐਪਲੀਕੇਸ਼ਨ ਦੀ ਫੀ ਐਥੇ ਤੁਹਾਨੂੰ ਪੇ ਨਹੀਂ ਕਰਨੀ ਆ ਡੈਬਿਟ ਕਾਰਡ ਕ੍ਰੈਡਿਟ ਕਾਰਡ ਨੈਟ ਬੈਂਕਿੰਗ ਤੋਂ ਤੁਸੀਂ ਜਿਹੜਾ ਪੇ ਕਰ ਸਕਦੇ ਆ ਇੰਪੋਰਟੈਂਟ ਡੇਟਸ ਦੀ ਗੱਲ ਕਰੀ ਅਪਲਾਈ ਕਰਨਾ ਸ਼ੁਰੂ ਹੋ ਗਿਆ ਹੈ ਲਾਸਟ ਡੇਟ ਅਪਲਾਈ ਕਰਨ ਦੀ 31 ਜਨਵਰੀ 2021 ਆ ਇਹਦੇ ਵਿੱਚ ਤੁਹਾਡੇ ਜਿਹੜਾ ਟਾਇਰ 1 ਦਾ ਐਗਜ਼ਾਮ ਜਿਹੜਾ ਹੁੰ 2021 ਦੇ ਵਿੱਚਕਾਰ ਹੋਵੇਗਾ ਉਹ ਜਿਹੜਾ ਟੇਅਰ 2 ਦਾ ਹੋਊਗਾ ਉਹ ਜਲਦੀ ਨੋਟੀਫਾਈ ਕਰ ਦਿੱਤਾ ਜਾਊਗਾ ਹਜੇ ਮੈਂਸ਼ਨ ਨਹੀਂ ਕੀਤਾ ਗਿਆ ਤੁਸੀਂ ਬੈਚਲਰ ਡਿਗਰੀ ਕੀਤੀ ਹੈ ਕਿਸੇ ਵੀ ਡਿਸਪਲਨ ਦੇ ਵਿੱਚ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਆ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਦੇ ਵਿੱਚ ਰਹਿੰਦਾ ਹੈ ਬਿਕਾਜ਼ ਸੈਂਟਰਲ ਗਵਰਨਮੈਂਟ ਦੇ ਵੱਡੇ ਵੱਡੇ ਡਿਪਾਰਟਮੈਂਟ ਦੇ ਵਿੱਚ ਹੀ ਤੁਸੀਂ ਵੈਕੈਂਸੀਜ਼ ਐ ਜਿਹੜੀਆਂ ਹਾਇਰਿੰਗ ਦੇ ਵਿੱਚ ਹੁੰਦੀਆਂ ਜਿਵੇਂ ਆਈਬੀ ਇਨਕਮ ਟੈਕਸ ਡਿਪਾਰਟਮੈਂਟ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਅਲੱਗ-ਅਲੱਗ ਡਿਪਾਰਟਮੈਂਟ ਹੈ ਠੀਕ ਹੈ 18 ਤੋਂ 30 ਸਾਲ ਤੁਹਾਡੀ ਇਹਦੇ ਵਿੱਚ ਉਮਰ ਹੈ ਤੁਸੀਂ ਅਪਲਾਈ ਕਰ ਸਕਦੇ ਇਹਦੇ ਵਿੱਚ ਅਲੱਗ- ਦੀ ਹੈ ਕਿਸੇ ਪੋਸਟ ਇਹ 18 ਤੋਂ 27 ਹੈ ਕਿਸੇ ਪੋਸਟ ਵਾਸਤੇ 20 ਤੋਂ 27 ਹੈ ਕਿਸੇ ਪੋਸਟ ਇਹ 18 ਤੋਂ 30 ਹੈ 18 ਤੋਂ 32 ਵੀ ਹੈ ਤੁਸੀਂ ਅਪਲਾਈ ਜਰੂਰ ਕਰਿਓ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਇਹਦੇ ਵਿੱਚ ਨੋਟੀਫਿਕੇਸ਼ਨ ਦੀ ਆਹ ਲਿੰਕ ਜਿਹੜਾ ਤੁਹਾਨੂੰ ਲਾਸਟ ਵਿੱਚ ਮਿਲੇਗਾ ਇੰਪੋਰਟੈਂਟ ਲਿੰਕ ਆਪਲਾਈ ਆਨਲਾਈਨ ਦਾ ਸੈਕਿੰਡ ਵਾਲਾ ਨੋਟੀਫਿਕੇਸ਼ਨ ਦਾ ਪਹਿਲਾਂ ਇਹਨੂੰ ਰੀਡ ਕਰਨਾ ਤੁਸੀਂ ਜੇ ਤੁਸੀਂ ਐਲੀਜੀਬਲ ਆ ਅਪਲਾਈ ਜ਼ਰੂਰ ਕਰਨੋ ਔਰ ਤੁਸੀਂ ਜੇ ਐਨੀ ਗ੍ਰੈਜੂਏਟ ਹੈ ਨਾ ਤਾਂ ਮੌਕਾ ਹੱਥੋਂ ਨਾ ਜਾਣ ਦਿਓ ਬਹੁਤ ਹੀ ਵਧੀਆ ਹਾਇਰਿੰਗ ਹੈ ਇਹ ਬਹੁਤ ਹੀ ਵਧੀਆ ਓਪਰਚ्युनिटी ਹੈ ਤੇ ਇਹਦਾ ਜਿਹੜਾ ਕੰਪਲੀਟ ਪ੍ਰੋਸੈਸ ਹੈ ਨਾ ਕਿ ਤੁਹਾਡਾ ਐਗਜ਼ਾਮ ਪੈਟਰਨ ਕਿਆ ਹੁੰਦਾ ਆ ਸਿਲੇਬਸ ਕਿਆ ਹੁੰਦਾ ਹੈ ਕੰਪਲੀਟ ਪ੍ਰੋਸੈਸ ਲਈ ਮੈਂ ਤੁਹਾਡੇ ਲਈ ਇੱਕ ਲਾਈਵ ਵੀਡੀਓ ਬਣਾਈ ਹੋਈ ਹੈ ਉਸ ਵੀਡੀਓ ਦਾ ਲਿੰਕ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਤੇ ਕਮੈਂਟ ਸੈਕਸ਼ਨ 'ਚ ਦੇ ਦਾਂਗੀ ਉਸ ਤੇ ਕਲਿੱਕ ਕਰਕੇ ਤੁਸੀਂ ਵੈਕੈਂਸੀਜ਼ ਨੂੰ ਜ਼ਰੂਰ ਚੈੱਕ ਕਰ ਲਿਓ ਤੇ ਉਹਦੇ ਵਿੱਚ ਮੈਂ ਕੰਪਲੀਟ ਸਿਲੈਕਸ਼ਨ ਪ੍ਰੋਸੀਜਰ ਤੇ ਐਗਜ਼ਾਮ ਪੈਟਰਨ ਤੁਹਾਨੂੰ ਕਲੈਰਿਟੀ ਨਾਲ ਦੱਸਿਆ ਹੋਇਆ ਤੁਸੀਂ ਉਹਨੂੰ ਦੇਖ ਲਿਓ ਉਹਦੇ ਅਕੋਰਡਿੰਗ ਤੁਸੀਂ ਤਿਆਰੀ ਕਰਨੀ ਐ ਅਪਲਾਈ ਜ਼ਰੂਰ ਕਰਨਾ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਕੌਣ ਕੌਣ ਤੁਹਾਡੇ ਵਿੱਚੋਂ ਅਪਲਾਈ ਕਰ ਰਿਹਾ ਇਸ ਵੈਕੈਂਸੀਜ਼ ਵਾਸਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਵਿੱਚ ਧੰਨਵਾਦ